ਸਵਾਗਤ ਹੈ ਦੋਸਤੋ ਤੁਹਾਡਾ ਆਪਣਾ ਸਾਂਝਾ ਪੰਜਾਬ ਟੀਵੀ ਤੇ ਮੈਂ ਹਾਂ ਭਪਿੰਦਰ ਸਿੰਘ ਸੱਜਣ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਸੀਂ ਨਾਲ-ਨਾਲ ਇੱਕ ਸਕਰੀਨ ਦੇ ਉੱਪਰ ਵੀਡੀਓ ਦੇਖ ਰਹੇ ਹੋ ਇਹ ਵੀਡੀਓ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਲਗਾਤਾਰ ਘੁੰਮ ਰਹੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਅਨੰਦ ਕਾਰਜ ਹੋ ਰਹੇ ਨੇ ਸੰਗਤ ਹਾਜ਼ਰ ਹੈ ਗੁਰਬਾਣੀ ਕੀਰਤਨ ਹੋ ਰਿਹਾ ਗਰੰਥੀ ਸਿੰਘ ਹਾਜ਼ਰ ਹੈ ਕੀਰਤਨ ਕਰਨ ਵਾਲੇ ਸਿੰਘ ਹਾਜ਼ਰ ਨੇ ਔਰ ਜਦੋਂ ਅਨੰਦ ਕਾਰਜ ਹੋ ਰਿਹਾ ਹੈਗਾ ਤਾਂ ਤੁਸੀਂ ਦੇਖੋ ਲੜਕੀ ਤੇ ਲੜਕਾ ਦੋਨੇ ਜਣੇ ਲਾੜਾ ਤੇ ਲਾੜੀ ਦੋਨੋਂ ਜਣੇ ਪ੍ਰਕਰਮਾ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਦੁਆਲੇ ਫਿਰ ਆ ਕੇ ਇੱਕ ਉੱਥੇ ਸੋਫਾ ਡੱਟਾ ਹੋਇਆ ਉਹਦੇ ਉੱਤੇ ਆ ਕੇ ਬਹਿ ਜਾਂਦੇ ਨੇ ਜਦੋਂ ਪ੍ਰਕਰਮਾ ਕਰਦੇ ਨੇ ਤਾਂ ਉਸ ਤੋਂ ਇਹ ਪਤਾ ਲੱਗਦਾ ਹੈਗਾ ਕਿ ਦੋਨੋਂ ਤੰਦਰੁਸਤ ਨੇ ਉਹਨਾਂ ਦੀ ਲੱਤਾਂ ਬਾਹਾਂ ਬਿਲਕੁਲ ਠੀਕ ਠਾਕ ਨੇ ਔਰ ਉਹ ਬੈਠ ਵੀ ਸਕਦੇ ਨੇ ਜਿਹੜਾ ਬੰਦਾ ਤੁਰ ਸਕਦਾ ਹੈਗਾ ਉਹ ਬੈਠ ਵੀ ਸਕਦਾ ਸਗਾ ਜਾਂ ਉਹ ਜੇ ਬੈਠ ਨਹੀਂ ਸਕਦੇ ਹੈਗੇ ਕੋਈ ਵਜ੍ਹਾ ਕੋਈ ਸਮੱਸਿਆ ਹੈਗੀ ਆ ਤਾਂ ਉਹ ਖੜੇ ਹੋ ਕੇ ਵੀ ਆਪਣਾ ਸਾਰ ਸਕਦੇ ਸੀਗੇ ਖੜੇ ਹੋ ਕੇ ਵੀ ਉਹ ਗੁਰਬਾਣੀ ਦਾ ਪਾਠ ਅਗਲੀ ਲਾਮ ਦਾ ਪਾਠ ਸਰਵਣ ਕਰ ਸਕਦੇ ਸੀਗੇ ਪਰ ਉਹ ਗੁਰੂ ਦੀ ਹਜ਼ੂਰੀ ਦੇ ਵਿੱਚ ਬਿਲਕੁਲ ਸਾਹਮਣੇ ਸੋਫਾ ਲਗਾ ਕੇ ਬੈਠੇ ਹੋਏ ਨੇ ਤੁਸੀਂ ਆਮ ਬਹੁਤ ਸਾਰੇ ਘਰਾਂ ਦੇ ਵਿੱਚ ਬਹੁਤ ਸਾਰੇ ਗੁਰੂ ਘਰਾਂ ਵਿੱਚ ਵੇਖਿਆ ਹੋਊਗਾ ਕਿ ਉੱਥੇ ਗੁਰੂ ਘਰਾਂ ਦੇ ਵਿੱਚ ਜਿਹੜੇ ਹਾਲ ਹੈਗੇ ਨੇ ਬਿਲਕੁਲ ਬੈਕ ਸਾਈਡ ਦੇ ਉੱਪਰ ਜਾਂ ਥੋੜੀ ਜਿਹੀ ਥਾਂ ਨੀਵੀਂ ਕੀਤੀ ਹੁੰਦੀ ਹੈ ਜਾਂ ਫਿਰ ਬਿਲਕੁਲ ਪਿੱਛੇ ਕੰਧ ਦੇ ਲਾਗੇ ਉੱਥੇ ਕੁਝ ਕੁਰਸੀਆਂ ਰੱਠੀਆਂ ਹੁੰਦੀਆਂ ਨੇ ਕੁਝ ਕਈ ਜਗ੍ਹਾ ਸੋਫੇ ਲਗਾਏ ਗਏ ਨੇ ਉੱਥੇ ਕੁਝ ਜਿਹੜੇ ਬਜ਼ੁਰਗ ਹੈਗੇ ਨੇ ਜਿਹੜੇ ਬੈਠ ਨਹੀਂ ਸਕਦੇ ਥੱਲੇ ਉਹ ਉੱਥੇ ਬੈਠ ਜਾਂਦੇ ਨੇ ਔਰ ਉੱਥੇ ਬੈਠ ਕੇ ਗੁਰਬਾਣੀ ਕੀਰਤਨ ਤੇ ਗੁਰਬਾਣੀ ਦਾ ਪਾਠ ਸਰਵਣ ਕਰਦੇ ਨੇ ਐਦਾਂ ਤਾਂ ਹੈਗਾ ਪਰ ਐਦਾਂ ਤੁਸੀਂ ਕਦੀ ਵੀ ਨਹੀਂ ਵੇਖਿਆ ਹੋਊਗਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਲਕੁਲ ਸਾਹਮਣੇ ਜਿੱਥੇ ਪ੍ਰਕਰਮਾ ਕਰਕੇ ਲੜਕੀ ਲੜਕੀ ਨੇ ਆਨੰਦ ਕਾਰਜ ਵੇਲੇ ਆ ਕੇ ਬਹਿਣਾ ਹੁੰਦਾ ਉੱਥੇ ਤੁਸੀਂ ਕਦੇ ਵੀ ਨਹੀਂ ਐਦਾਂ ਵੇਖਿਆ ਹੋਊਗਾ ਪਰ ਆ ਸੋਸ਼ਲ ਮੀਡੀਆ ਤੇ ਜਿਹੜੀ ਆ ਵੀਡੀਓ ਕੋ ਮਰੀ ਹੈਗੀ ਆ ਸਿੱਖ ਪੰਥਕ ਹਲਕਿਆਂ ਦੇ ਵਿੱਚ ਇਸ ਵੀਡੀਓ ਨੂੰ ਲੈ ਕੇ ਬੜਾ ਹੀ ਰੋਸ ਹੈਗਾ ਹੁਣ ਮੈਂ ਚਾਹਣਾ ਹੈਗਾ ਕਿ ਜਿੱਥੇ ਆਪਾਂ ਨਿਖੇਧੀ ਕਰਦੇ ਆ ਇਸ ਚੀਜ਼ ਦੀ ਉੱਥੇ ਨਾਲ ਦੀ ਨਾਲ ਆਨੰਦ ਕਾਰਜ ਦੀ ਜਿਹੜੀ ਵਿਧੀ ਹੈਗੀ ਆ ਉਹਦੇ ਬਾਰੇ ਗੱਲ ਹੋਣੀ ਵੀ ਬੜੀ ਜ਼ਰੂਰੀ ਹੈ ਸੋਸ਼ਲ ਮੀਡੀਆ ਦੇ ਉੱਪਰ ਲਗਾਤਾਰ ਵਿਰੋਧ ਹੋ ਰਿਹਾ ਹੈਗਾ ਔਰ ਜਿਹੜੇ ਉਹ ਪ੍ਰਬੰਧਕ ਹੈਗੇ ਨੇ ਗੁਰੂ ਘਰ ਦੇ ਜਿਹੜੀ ਸੰਗਤ ਹੈਗੀ ਆ ਇਹ ਵੀ ਗੱਲ ਕਹੀ ਜਾ ਰਹੀ ਆ ਕਿ ਉੱਥੇ ਇੰਨੇ ਲੋਕ ਹਾਜ਼ਰ ਹੈਗੇ ਨੇ ਕਿਸੇ ਨੇ ਵੀ ਉਹਨਾਂ ਨੂੰ ਰੋਕਿਆ ਜਾਂ ਟੋਕਿਆ ਕਿਉਂ ਨਹੀਂ ਪਰ ਆਪਾਂ ਨਾਲ ਦੀ ਨਾਲ ਜਿੱਥੇ ਉਸ ਘਟਨਾ ਦੀ ਨਿਖੇਧੀ ਕਰਦੇ ਆ ਉੱਥੇ ਮੈਂ ਸਮਝਦਾ ਕਿ ਸਾਡਾ ਥੋੜਾ ਜਿਹਾ ਫਰਜ਼ ਇਹ ਵੀ ਬਣਦਾ ਹੈਗਾ ਕਿ ਹੋ ਸਕਦਾ ਬਹੁਤ ਸਾਰੇ ਲੋਕਾਂ ਨੂੰ आनंद कार्य ਦੀ ਮਰਿਆਦਾ ਕੀ ਹੈਗੀ ਆ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਉਹਦੇ ਬਾਰੇ ਨਾ ਪਤਾ ਹੋਵੇ ਸੋ ਮੈਂ ਚਾਹੁੰਦਾ ਕਿ ਜਿੱਥੇ ਆਪਾਂ ਨਖੇਦੀ ਕਰੀਏ ਉੱਥੇ ਨਾਲ ਦੀ ਨਾਲ ਨਵੇਂ ਪੀੜੇ ਨੂੰ ਵੀ ਜ਼ਰੂਰ ਪਤਾ ਲੱਗੇ ਕਿ ਆਨੰਦ ਕਾਰਜ ਦੀ ਮਰਿਆਦਾ ਕੀ ਹੈਗੀ ਆ ਕਿਉਂਕਿ ਆਪਾਂ ਆਪਣੇ ਜਦੋਂ ਘਰਾਵਲ ਝਾਤ ਮਾਰ ਕੇ ਵੇਖਦੇ ਆ ਬੱਚੇ ਤੇ ਬੱਚੀ ਦਾ ਜਦੋਂ ਆਨੰਦ ਕਾਰਜ ਹੁੰਦਾ ਮੈਂ ਪਿੰਡਾਂ 'ਚ ਬਹੁਤ ਵਾਰੀ ਵੇਖਿਆ ਤਾਂ ਉਹ ਜਦੋਂ ਕੋਈ ਗੱਲ ਪੁੱਛਣੀ ਹੁੰਦੀ ਹੈ ਤਾਂ ਕਹਿੰਦੇ ਨੈਣ ਨੂੰ ਪੁੱਛ ਲਓ ਪਿੰਡਾਂ ਦੇ ਵਿੱਚ ਨੈਣਾ ਹੁੰਦੀਆਂ ਨੇ ਕਹਿੰਦੇ ਨੈਣ ਨੂੰ ਪੁੱਛ ਲਓ ਉਹ ਦੱਸੂंगे ਕਿ ਆਨੰਦ ਕਾਰਜ ਕਿਹੜਾ ਦਿਨ ਮੁਕਰਰ ਕਰਨਾ ਹੈਗਾ ਕਿੰਨੇ ਵਜੇ ਕਰਨਾ ਹੈਗਾ ਆ ਕਿਵੇਂ ਕਰਨਾ ਹੈਗਾ ਵਗੈਰਾ ਵਗੈਰਾ ਜਦੋਂ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਔਰ ਗੁਰੂ ਔਰ ਗੁਰੂ ਪੰਥ ਜਿਹੜਾ ਹੈਗਾ ਉਹ ਗੁਰੂ ਹੈ ਗੁਰੂ ਸਾਹਿਬ ਜੀ ਨੇ ਆਖਿਆ ਸੀਗਾ ਕਿ ਆਤਮਾ ਗ੍ਰੰਥ ਵਿੱਚ ਤੇ ਸਰੀਰ ਪੰਥ ਵਿੱਚ ਪੰਥ ਨੇ ਇੱਕ ਰਹਿਤ ਮਰਿਆਦਾ ਘੜੀ ਹੈ ਉਸ ਰਹਿਤ ਮਰਿਆਦਾ ਦੇ ਦਾਇਰੇ ਦੇ ਵਿੱਚ ਰਹਿ ਕੇ ਸਾਰੇ ਕਾਰਜ ਸਿੱਖ ਨੇ ਕਰਨੇ ਹੁੰਦੇ ਨੇ ਸੋ ਸਿੱਖ ਰਹਿਤ ਮਰਿਆਦਾ ਦੇ ਵਿੱਚ ਜਿਹੜਾ ਅੰਕਿਤ ਹੈਗਾ ਆਨੰਦ ਕਾਰਜ ਦੀ ਜਿਹੜੀ ਮਰਿਆਦਾ ਹੈਗੀ ਆ ਆਨੰਦ ਸੰਸਕਾਰ ਦੇ ਉਹਦੇ ਬਾਰੇ ਮੈਂ ਚਾਹੂਗਾ ਕਿ ਥੋੜੀ ਜਿਹੀ ਜਾਣਕਾਰੀ ਜ਼ਰੂਰ ਸਾਂਝੀ ਕਰਾਂ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਜਾ ਕੇ ਤੁਸੀਂ ਆਪਣੇ ਫੋਨ ਔਰ ਤੁਸੀਂ ਆਪਣੇ ਲੈਪਟਾਪ ਦੇ ਵਿੱਚ ਸਿੱਖ ਰਹਿਤ ਮਰਿਆਦਾ ਇੰਸਟਾਲ ਕਰ ਸਕਦੇ ਹੋ ਤੁਸੀਂ ਉੱਥੇ ਜਾ ਕੇ ਵੀ ਸਾਰੀ ਉਹ ਮਰਿਆਦਾ ਪੜ੍ਹ ਸਕਦੇ ਹੋ ਥੋੜੀਆਂ ਜਿਹੀਆਂ ਗੱਲਾਂ ਬਾਤਾਂ ਹੈਗੀਆਂ ਨੇ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਨੀ ਚਾਹੂਗਾ ਉਹਦੇ ਵਿੱਚ ਹੈਗਾ ਜੀ ਆਨੰਦ ਸੰਸਕਾਰ ਪਹਿਲੇ ਨੰਬਰ ਤੇ ਹੈਗਾ ਵੀ ਸਿੱਖ ਸਿੱਖਣੀ ਦਾ ਵਿਆਹ ਬਿਨਾ ਜਾਤ ਪਾਤ ਗੋਤ ਵਿਚਾਰੇ ਦੇ ਹੋਣਾ ਚਾਹੀਏ ਇਹ ਜ਼ਰੂਰੀ ਹੈ ਆਪਾਂ ਵੇਖਦੇ ਹਾਂ ਕਿ ਜਦੋਂ ਲੜਕੇ ਤੇ ਲੜਕੀ ਦਾ ਆਨੰਦ ਕਾਰਜ ਕਰਨਾ ਹੁੰਦਾ ਸਭ ਤੋਂ ਪਹਿਲਾਂ ਆਮ ਕਰਕੇ ਸਾਡੇ ਵਿੱਚ ਗਰਵਟ ਆ ਗਈ ਹੈ ਮੈਂ ਸਾਰਿਆਂ ਨੂੰ ਨਹੀਂ ਕਹਿਣਾ ਹੈਗਾ ਆਮ ਕਰਕੇ ਸਭ ਤੋਂ ਪਹਿਲੀ ਗੱਲ ਪੁੱਛੀ ਹੀ ਇਹ ਜਾਂਦੀ ਹੈ ਕਿ ਜਾਤ ਕੀ ਹੈ ਜੀ ਤੁਹਾਡੀ ਗੋਤ ਕੀ ਹੈਗੀ ਆ ਪਰ ਇੱਥੇ ਲਿਖਿਆ ਹੈਗਾ ਕਿ ਸਿੱਖ ਸਿੱਖਣੀ ਦਾ ਵਿਆਹ ਬਿਨਾ ਜਾਤ ਪਾਤ ਗੋਤ ਵਿਚਾਰੇ ਦੇ ਹੋਣਾ ਚਾਹੀਏ ਉਸ ਤੋਂ ਅਗਲੀ ਗੱਲ ਹੈਗੀ ਆ ਸਿੱਖ ਦੀ ਪੁੱਤਰੀ ਦਾ ਵਿਆਹ ਸਿੱਖ ਨਾਲ ਹੀ ਹੋਵੇ ਇਹ ਵੀ ਇੱਕ ਗੱਲ ਜ਼ਰੂਰੀ ਹੈ ਸੋ ਆਪਾਂ ਕਈ ਵਾਰ ਵੇਖਦੇ ਆ ਕਿ ਸਿੱਖ ਪਰਿਵਾਰਾਂ ਦੀਆਂ ਬੱਚੀਆਂ ਜਾਂ ਬੱਚੇ ਗੈਰ ਸਿੱਖ ਜਿਹੜੇ ਹੈਗੇ ਨੇ ਉਹਨਾਂ ਦੇ ਨਾਲ ਵੀ ਜਾ ਕੇ ਵਿਆਹ ਕਰਵਾ ਲੈਂਦੇ ਨੇ ਸੋ ਇਹ ਵੀ ਇੱਕ ਗਰਾਵਟ ਆ ਗਈ ਹੈਗੀ ਅਤੇ ਲਿਖਿਆ ਹੈਗਾ ਕਿ ਸਿੱਖ ਦੀ ਪੁੱਤਰੀ ਦਾ ਵਿਆਹ ਸਿੱਖ ਨਾਲ ਹੀ ਹੋਵੇ ਹੁਣ ਜਦੋਂ ਕਿਸੇ ਵੀ ਮੁਲਕ ਦੇ ਕਾਨੂੰਨ ਦੇ ਮੁਤਾਬਕ ਆਪਾਂ ਝਾਤ ਮਾਰ ਕੇ ਵੇਖਦੇ ਆ ਭਾਰਤ ਦੇ ਵਿੱਚ ਜਿਹੜੇ ਸਿੱਖ ਆਪਾਂ ਰਹਿੰਦੇ ਹੈਗੇ ਆ ਆਪਾਂ ਉਹਦਾ ਕਾਨੂੰਨ ਪੜਦੇ ਆ ਤੇ ਉੱਥੇ ਲਿਖਿਆ ਹੋਇਆ ਕੇ 18 ਸਾਲ ਦੀ ਉਮਰ ਤੋਂ ਬਾਅਦ ਜਾਂ ਜਦੋਂ ਬੱਚਾ ਬਾਲਗ ਹੋ ਜਾਂਦਾ ਕਾਨੂੰਨ ਦੇ ਮੁਤਾਬਕ ਉਸ ਤੋਂ ਬਾਅਦ ਉਹਦੀ ਮਰਜ਼ੀ ਹੈ ਉਹ ਜਿਹਦੇ ਨਾਲ ਮਰਜ਼ੀ ਵਿਆਹ ਕਰਵਾਵੇ ਪਰ ਪੰਥਕ ਰਹਿਤ ਮਰਿਆਦਾ ਦੇ ਮੁਤਾਬਕ ਇੰਜ ਨਹੀਂ ਹੈਗਾ ਪਰ ਉਹਦੇ ਵਾਸਤੇ ਮਿਹਨਤ ਕਰਨ ਦੀ ਜ਼ਰੂਰਤ ਹੈ ਤੁਸੀਂ ਬੱਚਿਆਂ ਨੂੰ ਇਹ ਨਹੀਂ ਕਹਿ ਸਕਦੇ ਕਿ ਸਿੱਖ ਰਹਿਤ ਮਰਿਆਦਾ ਚ ਇਦਾਂ ਲਿਖਿਆ ਹੋਇਆ ਸੋ ਤੁਸੀਂ ਇੰਜ ਹੀ ਕਰਨਾ ਸੋ ਮੈਂ ਸਮਝਦਾ ਕਿ ਆਸੇ ਪਾਸੇ ਇਦਾਂ ਦਾ ਮਾਹੌਲ ਵੀ ਸਿਰਜਣਾ ਪਊਗਾ ਕਿ ਲੜਕਾ ਜਾਂ ਲੜਕੀ ਉਹਨਾਂ ਦੇ ਮਨ ਵਿੱਚ ਇਦਾਂ ਦਾ ਫੁਰਨਾ ਆਵੇ ਹੀ ਨਾ ਕਿ ਆਪਾਂ ਕਿਸੇ ਹੋਰ ਦੇ ਨਾਲ ਆਨੰਦ ਕਾਰਜ ਕਰਾਉਣਾ ਹੈ ਉਹਨਾਂ ਨੂੰ ਇਸ ਗੱਲ ਦਾ ਉਹਨਾਂ ਦੇ ਅੰਦਰ ਹੀ ਇਹ ਵਿਚਾਰ ਘਾਰ ਕੀਤੀ ਹੋਵੇ ਕਿ ਸਿੱਖ ਬੱਚੀ ਨੂੰ ਪਤਾ ਹੋਵੇ ਕਿ ਮੈਂ ਸਿੱਖ ਦੇ ਨਾਲ ਹੀ ਵਿਆਹ ਕਰਾਉਣਾ ਸਿੱਖ ਲੜਕਾ ਹੀ ਹੋਊਗਾ ਔਰ ਲੜਕੇ ਨੂੰ ਵੀ ਪਤਾ ਹੋਵੇ ਕਿ ਮੈਂ ਸਿੱਖ ਪਰਿਵਾਰ ਦੇ ਵਿੱਚ ਹੀ ਆਪਣਾ ਆਨੰਦ ਕਾਰਜ ਕਰਵਾਉਣਾ ਉਸ ਤੋਂ ਅਗਲੀ ਗੱਲ ਹੈਗੀ ਆ 3 ਨੰਬਰ ਤੇ ਸਿੱਖ ਦਾ ਵਿਆਹ ਆਨੰਦ ਰੀਤੀ ਨਾਲ ਕਰਨਾ ਚਾਹੀਏ ਭਾਵ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਹੀ ਆਨੰਦ ਕਾਰਜ ਹੋਵੇ ਜਿਵੇਂ ਹੋਰ ਵੱਖ-ਵੱਖ ਧਰਮਾਂ ਦੇ ਵਿੱਚ ਕੋਈ ਬੇਦੀ ਨਾਲ ਕਰਦਾ ਹੈਗਾ ਜਾਂ ਜਿਵੇਂ ਜਿਵੇਂ ਜਿਸ ਧਰਮ ਦੇ ਵਿੱਚ ਜੋ ਉਹਨਾਂ ਦੀਆਂ ਰੀਤਾਂ ਨੇ ਉਹਦੇ ਮੁਤਾਬਕ ਕਰਦੇ ਨੇ ਔਰ ਇੱਥੇ ਲਿਖਿਆ ਹੈਗਾ ਕਿ ਸਿੱਖ ਦਾ ਵਿਆਹ ਆਨੰਦ ਰੀਤੀ ਨਾਲ ਕਰਨਾ ਚਾਹੀਏ ਉਸ ਤੋਂ ਅਗਲੀ ਗੱਲ ਹੈ ਲੜਕੀ ਲੜਕੇ ਦਾ ਵਿਆਹ ਬਚਪਨ ਵਿੱਚ ਕਰਨਾ ਵਿਵਰਜਿਤ ਹੈ ਜਿਵੇਂ ਪੁਰਾਣੇ ਸਮੇਂ ਵਿੱਚ ਕਰ ਦਿੱਤਾ ਜਾਂਦਾ ਸੀਗਾ ਕਿ ਅਸੀਂ ਆਪਣੇ ਬੱਚੇ ਜਾਂ ਬੱਚੀ ਦਾ ਆਨੰਦ ਕਾਰਜ ਕਿਸੇ ਨਾਲ ਤੈਅ ਕਰ ਦਿੱਤਾ ਹੈਗਾ ਜਾਂ ਛੋਟੀ ਉਮਰ ਦੇ ਵਿੱਚ ਕਰ ਦਿੱਤਾ ਜਾਂਦਾ ਸੀਗਾ ਪਰ ਇੱਥੇ ਲਿਖਿਆ ਹੈਗਾ ਕਿ ਨਹੀਂ ਇੰਜ ਨਹੀਂ ਕਰਨਾ ਬਚਪਨ ਦੇ ਵਿੱਚ ਵਿਆਹ ਕਰਨਾ ਵਿਵਰਜਿਤ ਹੈ ਨਹੀਂ ਕਰਨਾ ਹਾਂ ਕਦੋਂ ਕਰਨਾ ਹੈਗਾ ਉਹ ਵੀ ਅੱਗੇ ਲਿਖਿਆ ਹੈਗਾ ਕਿ ਜਦੋਂ ਲੜਕੀ ਸਰੀਰ ਮਨ ਤੇ ਆਚਾਰ ਕਰਕੇ ਵਿਆਹ ਕਰਨ ਦੇ ਯੋਗ ਹੋ ਜਾਵੇ ਤਾਂ ਕਿਸੇ ਯੋਗ ਸਿੱਖ ਦੇ ਨਾਲ ਆਨੰਦ ਪੜਾਇਆ ਜਾਵੇ ਜਦੋਂ ਲੜਕੀ ਸਰੀਰ ਕਰਕੇ ਮਨ ਕਰਕੇ ਤੇ ਆਚਾਰ ਵਿਹਾਰ ਕਰਕੇ ਵਿਆਹ ਕਰਨ ਦੇ ਯੋਗ ਹੋ ਜਾਵੇ ਤਦ ਉਹਦਾ ਆਨੰਦ ਕਾਰਜ ਕਰਨਾ ਚਾਹੀਏ ਉਸ ਤੋਂ ਅਗਲੀ ਗੱਲ ਹੈਗੀ ਆ ਆਨੰਦ ਤੋਂ ਪਹਿਲਾਂ ਕੁੜਮਾਈ ਦੀ ਰਸਮ ਜ਼ਰੂਰੀ ਨਹੀਂ ਪਰ ਜੇ ਕਰਨੀ ਹੋਵੇ ਤਾਂ ਲੜਕੀ ਵਾਲੇ ਕਿਸੇ ਦਿਨ ਸੰਗਤ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਅਰਦਾਸਾ ਸੋਧ ਕੇ ਇੱਕ ਕਿਰਪਾਨ ਕੜਾ ਤੇ ਕੁਝ ਮਿੱਠਾ ਲੜਕੇ ਦੇ ਪੱਲੇ ਪਾ ਦੇਣ ਜੇ ਕੋਈ ਮਾਈ ਕਰਨੀ ਹੈ ਤਾਂ ਉਹਦਾ ਤਰੀਕਾ ਦੱਸਿਆ ਹੋਇਆ ਹੈ ਕਿ ਇੰਜ ਕਰਨੀ ਹੈ ਵੈਸੇ ਜ਼ਰੂਰਤ ਨਹੀਂ ਹੈ ਇਹ ਲਿਖਿਆ ਹੋਇਆ ਇੱਥੇ ਉਸ ਤੋਂ ਅਗਲੀ ਗੱਲ ਹੈ ਆਨੰਦ ਦਾ ਦਿਨ ਮੁਕਰਰ ਕਰਨ ਲੱਗਿਆਂ ਕੋਈ ਥਿਤ ਵਾਰ ਚੰਗੇ ਮੰਦੇ ਦਿਨ ਦੀ ਖੋਜ ਕਰਨ ਲਈ ਪੱਤਰੀ ਬਾਚਣਾ ਮਨਮਤ ਹੈ ਇਹ ਸਾਡੇ ਘਰਾਂ ਵਿੱਚ ਗੱਲ ਘਰ ਕਰ ਗਈ ਹੈ ਗੁਰੂ ਸਾਹਿਬ ਜੀ ਨੇ ਆਖਿਆ ਸੀਗਾ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੇਉ ਮੈਂ ਸਾਰਾ ਜਬ ਜਾਂ ਗਏ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ ਸੋ ਸਾਡੇ ਪਰਿਵਾਰ ਜਿਹੜੇ ਨੇ ਗ੍ਰਵਟ ਆ ਗਈ ਹੈ ਅਸੀਂ ਵਿਪਰਨ ਕੀਆਂ ਰੀਤਾਂ ਦੇ ਵਿੱਚ ਧਸਦੇ ਜਾ ਰਹੇ ਹੈਗੇ ਆ ਔਰ ਅਸੀਂ ਆਨੰਦ ਦਾ ਦਿਨ ਜਿਹੜਾ ਮੁਕਰਰ ਕਰਨ ਤੋਂ ਪਹਿਲਾਂ ਥਿਤ ਚੰਗੇ ਮਾੜੇ ਦਿਨਾਂ ਦੇ ਵਿਚਾਰ ਵੀ ਕਰਦੇ ਆ ਪੈਂਚ ਕਾ ਤਾ ਨਹੀਂ ਆ ਗਈਆਂ ਅੱਜ ਅੱਜ ਫਲਾਣਾ ਦਿਨ ਤਾਂ ਨਹੀਂ ਵਿੱਚ ਆ ਗਿਆ ਸੋ ਦਿਨਾਂ ਦੇ ਵਿਚਾਰ ਆਮ ਕਰਕੇ ਕੀਤੀ ਜਾਂਦੀ ਹੈ ਪਰ ਇੱਥੇ ਲਿਖਿਆ ਹੈਗਾ ਕਿ ਸਿੱਖ ਦੇ ਵਾਸਤੇ ਇਹ ਕਰਨਾ ਮਨਮਤ ਹੈ ਪੱਤਰੀ ਵਾਚਣੀ ਮਨਮਤ ਹੈ ਕੋਈ ਦਿਨ ਜੋ ਦੋਹਾਂ ਧਿਰਾਂ ਨੂੰ ਆਪਸ ਵਿੱਚ ਸਲਾਹ ਕਰਕੇ ਚੰਗਾ ਲੱਗੇ ਨਿਯਤ ਕਰ ਲੈਣਾ ਚਾਹੀਦਾ ਦੋਨੋਂ ਪਰਿਵਾਰ ਜਿਹੜੇ ਨੇ ਉਹ ਆਪਸ ਵਿੱਚ ਬੈਠ ਕੇ ਵਿਚਾਰ ਕਰਨ ਜਿਹੜਾ ਦੋਨਾਂ ਧਿਰਾਂ ਨੂੰ ਦਿਨ ਸੂਟ ਕਰਦਾ ਹੋਵੇ ਉਹ ਦਿਨ ਮੁਕਰਰ ਕਰ ਲੈਣਾ ਚਾਹੀਦਾ ਹੈਗਾ ਔਰ ਉਸ ਦਿਨ ਆਨੰਦ ਕਾਰਜ ਕਰ ਦੇਣੇ ਚਾਹੀਦੇ ਨੇ ਉਸ ਤੋਂ ਅਗਲੀ ਗੱਲ ਹੈਗੀ ਆ ਸੇਰਾ ਮੁਕਟ ਜਾਂ ਗਾਨਾ ਬੰਨਣਾ ਪਿੱਤਰ ਪੂਜਣਾ, ਕੱਚੇ ਲੱਸੀ ਵਿੱਚ ਪੈਰ ਪਾਉਣੇ, 베ਰੀ ਜਾਂ ਝੰਡੀ ਵੱਢਣੀ, ਘੜੋਲੀ ਭਰਨੀ, ਰੁਸ ਕੇ ਜਾਣਾ, ਛੰਦ ਪੜਨੇ, ਹਵਨ ਕਰਨਾ, ਵੇਦੀ ਗੱਢਣੀ, ਵੇਸਵਾ ਦਾ ਨਾਚ, ਸ਼ਰਾਬ ਆਦ ਮਨਮਤ ਹੈ। ਹੁਣ ਆਪਾਂ ਝਾਤ ਮਾਰ ਕੇ ਵੇਖਣੀ ਆਂ ਭੀ ਇਹ ਜਿੰਨੀਆਂ ਗੱਲਾਂ ਮਨਮਤਾਂ ਇੱਥੇ ਲਿਖੀਆਂ ਗਈਆਂ ਨੇ ਇਹਨਾਂ ਵਿੱਚੋਂ ਆਪਾਂ ਕਿਹੜੀ-ਕਿਹੜੀ ਗੱਲ ਵਿੱਚੋਂ ਬਚੇ ਹੋਏ ਆਂ। ਸੇਰਾ ਆਪਾਂ ਲਾਉਂਦੇ ਆ ਜਾਂ ਨਹੀਂ ਇਹ ਆਪਾਂ ਆਪਣੇ ਅੰਦਰ ਝਾਤ ਮਾਰ ਕੇ ਵੇਖ ਸਕਦੇ ਆ। ਮੁਕਟ ਦਾ ਗਾਣਾ ਬੰਨਣਾ ਪਿਤਰ ਪੂਜਣੇ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਇਸ ਦੁਨੀਆ ਤੋਂ ਜਾ ਚੁੱਕੇ ਨੇ ਉਹਨਾਂ ਦੀ ਪੂਜਾ ਕਰਨੀ ਇਹ ਸਾਰਾ ਕੁਝ ਵੇਸਵਾਦਾ ਨਾਚ ਸ਼ਾਇਦ ਕਈਆਂ ਨੂੰ ਲੱਗੇ ਕਿ ਨਹੀਂ ਆਪਾਂ ਵੇਸਵਾਦਾ ਦਾ ਨਾਚ ਤਾਂ ਨਹੀਂ ਕਰਾਉਣੇ ਹੈਗੇ ਮੈਂ ਬੇਨਤੀ ਕਰਾਂ ਜਦੋਂ ਆਪਾਂ ਘਰਾਂ ਦੇ ਵਿੱਚ ਵਿਆਹ ਨੂੰ ਲੈ ਕੇ ਡੀਜੇ ਵਜਾਉਨੇ ਆ ਜਦੋਂ ਉੱਥੇ ਅੱਧ ਨੰਗੇ ਵਸਤਰ ਪਾ ਕੇ ਲੜਕੀਆਂ ਨੂੰ ਨਚਾਈਆਂ ਨਚਾਇਆ ਜਾਂਦਾ ਹੈਗਾ ਉਹ ਲੜਕੀਆਂ ਕੌਣ ਨੇ ਸਾਡੇ ਆਪਣੇ ਹੀ ਪਰਿਵਾਰਾਂ ਦੀਆਂ ਬੱਚੀਆਂ ਨੇ ਸਾਡੇ ਆਪਣੇ ਤੋਂ ਭਾਵ ਮੇਰਾ ਇਹ ਨਹੀਂ ਹੈਗਾ ਕਿ ਸਿੱਖ ਪਰਿਵਾਰਾਂ ਦੀਆਂ ਸਾਡੇ ਆਪਣੇਆਂ ਤੋਂ ਭਾਵ ਕਿ ਨਾ ਕੋਈ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣ ਆਈ ਮਾਨਸ ਕੀ ਜਾਤ ਸਭ ਇਕੈ ਪਹਿਚਾਨਬੋ ਏਕ ਪਿਤਾ ਏਕ ਹਸਕੇ ਹਮ ਬਾਰਿਕ ਕੁਦਰਤ ਕੇ ਸਭ ਬੰਦੇ ਚਾਹੇ ਕਿਸਮ ਦੀ ਕਿਸੇ ਵੀ ਧਰਮ ਦੀਆਂ ਲੜਕੀਆਂ ਕਿਉਂ ਨਾ ਹੋਣ ਸੋ ਉਹ ਲੜਕੀਆਂ ਜਿਹੜੀਆਂ ਨੇ ਚਾਹੇ ਮਜਬੂਰੀ ਵਾਸਤੇ ਚਾਹੇ ਕਿਸੇ ਵੀ ਵਜ੍ਹਾ ਕਰਕੇ ਉਹ ਇਸ ਖਿੱਤੇ ਵਿੱਚ ਕੰਮ ਕਰਦੀਆਂ ਨੇ ਡਾਂਸ ਕਰਦੀਆਂ ਨੇ ਨਾਚ ਕਰਦੀਆਂ ਨੇ ਪਰ ਅਸੀਂ ਉਹਨਾਂ ਨੂੰ ਆਪਣੇ ਵਿਆਹ ਸ਼ਾਦੀਆਂ ਦੇ ਵਿੱਚ ਬੁਲਾ ਕੇ ਆਧ ਨੰਗੇ ਵਸਤਰ ਪਵਾ ਕੇ ਉਹਨਾਂ ਦੇ ਕੋਲੋਂ ਡਾਂਸ ਕਰਵਾਉਨੇ ਆਂ ਔਰ ਬਰਾਬਰ ਨਾਲ ਖੜੇ ਹੋ ਕੇ ਨੱਚਦੇ ਆਂ ਸੋ ਇਹ ਜਿਹੜਾ ਨਾਚ ਹੈਗਾ ਇਹ ਮਨਮਤ ਹੈ ਸ਼ਰਾਬ ਨਹੀਂ ਵਰਤੋਣੀ ਪੁਰਾਣੇ ਸਮੇਂ ਵਿੱਚ ਤੁਹਾਨੂੰ ਚੇਤੇ ਆਊਗਾ ਮੈਨੂੰ ਤੇ ਚੇਤੇ ਆ ਜਿਹੜੇ ਲੋਕ ਵਿਆਹ ਸ਼ਾਦੀ ਵਿੱਚ ਸ਼ਰਾਬ ਪੀਣ ਦੇ ਆਦੀ ਹੁੰਦੇ ਸੀਗੇ ਪਿੰਡਾਂ ਵਿੱਚ ਮੈਂ ਅਕਸਰ ਵੇਖਿਆ ਕਿ ਪਿੰਡਾਂ ਵਿੱਚ ਨਾ ਤੂੜੀ ਵਾਲੇ ਕੁੱਪ ਹੁੰਦੇ ਨੇ ਹੁਣ ਤਾਂ ਘਟਦੇ ਜਾ ਰਹੇ ਨੇ ਪਰ ਹੁਣ ਵੀ ਬਹੁਤੇ ਪਿੰਡਾਂ ਵਿੱਚ ਹੈਗੇ ਨੇ ਤੂੜੀ ਸਾਹਮਣੇ ਸਾਹਮਣੇ ਦਾ ਇੱਕ ਵਸੀਲਾ ਹੁੰਦਾ ਸੀਗਾ ਉੱਥੇ ਸ਼ਰਾਬ ਦੀ ਬੋਤਲ ਨਾ ਲੁਕੋ ਦੇਣੀ ਉਹਨਾਂ ਨੇ ਆਨੰਦ ਕਾਰਜ ਜਿੱਦਰ ਹੁਣੇ ਤੇ ਜਿਹੜੇ ਪੀਣ ਦੇ ਆਦੀ ਹੁੰਦੇ ਸੀਗੇ ਉਹ ਲੁਕ ਕੇ ਪੀਂਦੇ ਹੁੰਦੇ ਸੀਗੇ ਪਰ ਅੱਜ ਹਾਲਾਤ ਬਦਲ ਚੁੱਕੇ ਨੇ ਵੱਡੀ ਗਿਣਤੀ ਵਿੱਚ ਜਿਹੜੇ ਸਾਡੇ ਇੱਥੇ ਪੰਜਾਬ ਵਿੱਚ ਸਾਡੇ ਪਰਿਵਾਰ ਆਨੰਦ ਕਾਰਜ ਕਰਦੇ ਨੇ ਇਦਾਂ ਸ਼ਰੇ ਆਮ ਹੀ ਬਹਿ ਜਾਂਦੇ ਹੈਗੇ ਆ ਔਰ ਤੁਸੀਂ ਮੈਂ ਹੈਰਾਨ ਹੁੰਨਾ ਹੈਗਾ ਪੱਪਾ ਕਲੱਬਾਂ ਦੇ ਵਿੱਚ ਜਦੋਂ ਪੈਲਸਾਂ ਦੇ ਵਿੱਚ ਆਨੰਦ ਕਾਰਜ ਗੁਰੂ ਗੁਰੂਕਾਰੀ ਹੁੰਦਾ ਆਨੰਦ ਕਾਰਜ ਜਿੱਥੇ ਆਨੰਦ ਕਾਰਜ ਹੁੰਦਾ ਹੈਗਾ ਉੱਥੇ ਗਿਣਤੀ ਦੇ ਲੋਕ ਸਿਰਫ ਜਾਂਦੇ ਆ ਮੇਰੀ ਗੱਲਾਂ ਤੁਸੀਂ ਸਹਿਮਤ ਹੋਵੋਗੇ ਆਮ ਕਰਕੇ ਇਦਾਂ ਹੁੰਦਾ ਹੈਗਾ ਗਿਣਤੀ ਦੇ ਲੋਕ ਉੱਥੇ ਜਾਂਦੇ ਆ ਬਾਕੀ ਸਾਰੇ ਜਿਹੜੇ ਹੈਗੇ ਨੇ ਰਿਸ਼ਤੇਦਾਰ ਸਾਥ ਸਬੰਧੀ ਤੇ ਹੋਰ ਪਿੰਡ ਵਾਸੀ ਜਾਂ ਮਹੱਲਾਂ ਨਿਵਾਸੀ ਸ਼ਹਿਰ ਨਿਵਾਸੀ ਜਿਹਨਾਂ ਨੂੰ ਸੱਦਿਆ ਹੁੰਦਾ ਹੈਗਾ ਉਹ ਪੈਲਸ ਵਿੱਚ ਹੀ ਬੈਠੇ ਰਹਿੰਦੇ ਨੇ ਨਾਚ ਗਾਣੇ ਵੇਖੀ ਜਾਂਦੇ ਨੇ ਔਰ ਉੱਥੇ ਸ਼ਰਾਬਾਂ ਦੇ ਦੌਰ ਚੱਲਦੇ ਨੇ ਸ਼ਰਾਬਾਂ ਪੀਵੀਂ ਚਲੇ ਜਾਂਦੇ ਨੇ ਔਰ ਉੱਥੇ ਪਹਿਲਾਂ ਕੋਈ ਇਕਾ ਦੁੱਕਾ ਜਿਹੜਾ ਸ਼ਰਾਬ ਪੀਣ ਵਾਲਾ ਹੁੰਦਾ ਸੀਗਾ ਉਹ ਸ਼ਰਮ ਕਰਦਾ ਹੁੰਦਾ ਸੀਗਾ ਕਿ ਮੈਂ ਇਸ ਵਿਆਹ ਦੇ ਵਿੱਚ ਕਿੱਦਾਂ ਸ਼ਾਮੂਲੀਤ ਕਰਾਂ ਮੈਂ ਲੁੱਕ ਕੇ ਕਿਤੇ ਬਹਿ ਕੇ ਸ਼ਰਾਬ ਪੀ ਲੈਣਾ ਪਰ ਅੱਜ ਹਾਲਾਤ ਕੁਝ ਉਲਟ ਤਰ੍ਹਾਂ ਦੇ ਹੋ ਗਏ ਨੇ ਜਿਹੜੇ ਲੋਕ ਇਦਾਂ ਦੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਦੇ ਹੈਗੇ ਗੁਰਸਿੱਖ ਹੈਗੇ ਨੇ ਅੱਜ ਮੈਂ ਵੇਖਦਾ ਜੀ ਜੋ ਭੁੱਲ ਪਿਲੇਖੇ ਉ ਜੇ ਇਹਨਾਂ ਦੀ ਜਮੀਰ ਜਾਗਦੀ ਜੇ ਪੈਲਸ ਵਿੱਚੋਂ ਚਲੇ ਜਾਣ ਤਾਂ ਉਹ ਲੁੱਕਦੇ ਫਿਰਦੇ ਨੇ ਵਿਚਾਰੇ ਵੀ ਸਾਨੂੰ ਕਿਤੇ ਕੋਈ ਵੇਖ ਨਾ ਲਵੇ ਸੋ ਅੱਜ ਹਾਲਾਤ ਉਲਟ ਹੋ ਗਏ ਨੇ ਕਿਉਂਕਿ ਇਦਾਂ ਕੁਰਸੀਆਂ ਢੱਠੀਆਂ ਹੁੰਦੀਆਂ ਨੇ ਟੇਬਲ ਲੱਗੇ ਹੁੰਦੇ ਆ ਉਹਦੇ ਉੱਤੇ ਸ਼ਰਯਾਮ ਸ਼ਰਾਬਾਂ ਦੀਆਂ ਬੋਤਲਾਂ ਤੇ ਮੀਟ ਸ਼ਰਾਬ ਸਾਰਾ ਕੁਝ ਸ਼ਰਯਾਮ ਚੱਲਦਾ ਹੁੰਦਾ ਪਰ ਸਿੱਖ ਰਹਿਤ ਮੇਰੇ ਅੰਦਰ ਦੇ ਵਿੱਚ ਲਿਖਿਆ ਹੋਇਆ ਕਿ ਇਹ ਸਾਰਾ ਕੁਝ ਨਹੀਂ ਕਰਨਾ ਵੇਸਵਾ ਦਾ ਨਾਚ ਸ਼ਰਾਬ ਆਦ ਮਨਮਤ ਹੈ ਉਸ ਤੋਂ ਅੱਗੇ ਲਿਖਿਆ ਹੈਗਾ ਕਿ ਜਿੰਨੇ ਥੋੜੇ ਆਦਮੀ ਲੜਕੀ ਵਾਲਾ ਮੰਗਾਵੇ ਉਤਨੇ ਨਾਲ ਲੈ ਕੇ ਲੜਕਾ ਸਹੁਰੇ ਘਰ ਜਾਵੇ ਦੋਹੀਂ ਥਾਈਂ ਦੋਹੀਂ ਪਾਸੇ ਗੁਰਬਾਣੀ ਦੇ ਸ਼ਬਦ ਗਾਏ ਜਾਣ ਤੇ ਫਤਿਹ ਗਜਾਈ ਜਾਵੇ ਜਦੋਂ ਮਿਲਣੀ ਕਰਦੇ ਆ ਨਾ ਉੱਥੇ ਉਹ ਉੱਥੇ ਦਾ ਜ਼ਿਕਰ ਕੀਤਾ ਹੈਗਾ ਕਿ ਦੋਨੇ ਪਾਸੇ ਜਦੋਂ ਪਰਿਵਾਰ ਉਧਰੋਂ ਬਰਾਤ ਲੈ ਕੇ ਆਵੇ ਜਿੰਨੇ ਕ ਪਰਿਵਾਰ ਦੇ ਮੈਂਬਰ ਉਹਨਾਂ ਨੇ ਸੱਦੇ ਹੋਣ ਪਏ ਇੰਨੇ ਕ ਮੈਂਬਰ ਤੁਸੀਂ ਲੈ ਕੇ ਆਇਓ ਇੰਨੇ ਕ ਬਰਾਤ ਲੈ ਕੇ ਆਇਓ ਸੋ ਉੱਥੇ ਜਦੋਂ ਇਕੱਠੇ ਹੁੰਦੇ ਆ ਤੇ ਉੱਥੇ ਫਤਿਹ ਗਜਾਈ ਜਾਵੇ ਤੇ ਉੱਥੇ ਗੁਰਬਾਣੀ ਦੇ ਸ਼ਬਦ ਗਾਏ ਜਾਣ ਸ਼ਬਦ ਗੁਰਬਾਣੀ ਦੇ ਗਾਏ ਜਾਣ ਹੁਣ ਆਪਾਂ ਝਾਤ ਮਾਰ ਕੇ ਵੇਖਣਾ ਕਿ ਆਪਾਂ ਇਹਦਾ ਕਰਦੇ ਆ ਗੁਰਬਾਣੀ ਦੇ ਸ਼ਬਦ ਉੱਥੇ ਗਾਉਣੇ ਆ ਜਾਂ ਕੀ ਗਾਉਣੇ ਆ ਜਾਂ ਕੀ ਕਰਦੇ ਆ ਉਸ ਤੋਂ ਅਗਲੀ ਗੱਲ ਹੈਗੀ ਆ ਥੋੜੀ ਲੰਬੀ ਹੈਗੀ ਆ ਜਿਹੜੀ ਹੁਣ ਮੈਂ ਗੱਲ ਕਰਨ ਲੱਗਾ ਇਹ ਬੜੀ ਆ ਜਿਹੜੀ ਨਾਲ-ਨਾਲ ਵੀਡੀਓ ਚੱਲ ਰਹੀ ਹੈਗੀ ਆ ਇਹ ਮੈਂ ਬੇਨਤੀ ਕਰਨੀ ਚਾਹੂੰਗਾ ਕਿ ਜਿਹੜੀ ਹੁਣ ਗੱਲ ਮੈਂ ਕਰਨ ਲੱਗਾ ਹੈਗਾ ਜਸ ਸਿਖ ਰਹਿਤ ਮੇਰਾ ਦਾ ਚ ਲਿਖੀ ਹੋਈ ਹੈ ਇਸ ਵੀਡੀਓ ਨਾਲ ਸੰਬੰਧਤ ਗੱਲ ਹੈ ਇਹ ਇੱਥੇ ਲਿਖਿਆ ਹੋਇਆ ਕਿ ਵਿਆਹ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਦੀਵਾਨ ਲੱਗੇ ਸੰਗਤ ਜਾਂ ਰਾਗੀ ਕੀਰਤਨ ਕਰਨ ਫਿਰ ਲੜਕੀ ਤੇ ਲੜਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਬਿਠਾਏ ਜਾਣ ਲੜਕੀ ਲੜਕੇ ਦੇ ਖੱਬੇ ਪਾਸੇ ਬੈਠੇ ਸੰਗਤ ਦੀ ਆਗਿਆ ਲੈ ਕੇ ਆਨੰਦ ਪੜਾਉਣ ਵਾਲਾ ਸਿੱਖ ਮਰਦ ਜਾਂ ਇਸਤਰੀ ਲੜਕੇ ਲੜਕੀ ਤੇ ਉਹਨਾਂ ਦੇ ਮਾਪਿਆਂ ਜਾਂ ਸਰਬਰਾਹਾਂ ਨੂੰ ਖੜਾ ਕਰਕੇ ਆਨੰਦ ਦੇ ਆਰੰਭ ਦਾ ਅਰਦਾਸਾ ਸੋਧੇ ਉਸ ਤੋਂ ਅੱਗੇ ਹੈਗਾ ਫਿਰ ਉਹ ਲੜਕੇ ਲੜਕੀ ਨੂੰ ਗੁਰਮਤ ਅਨੁਸਾਰ ਗ੍ਰਸਥ ਧਰਮ ਦੇ ਫਰਜ਼ਾਂ ਦਾ ਉਪਦੇਸ਼ ਕਰੇ ਆ ਇਸ ਵੀਡੀਓ ਨਾਲ ਜਿਹੜੀ ਨਾਲ ਨਾਲ ਚੱਲ ਰਹੀ ਹੈਗੀ ਆ ਉਹਦੇ ਨਾਲ ਸੰਬੰਧਤ ਗੱਲ ਹੈਗੀ ਆ ਜਿਹੜੇ ਉੱਥੇ ਭਾਈ ਸਾਹਿਬ ਬੈਠੇ ਨੇ ਤਾਬਿਆ ਗਰੰਥੀ ਸਿੰਘ ਔਰ ਨਾਲ ਨਾਲ ਜਿਹੜੇ ਗੁਰਬਾਣੀ ਦਾ ਕੀਰਤਨ ਗਾਇਨ ਕਰ ਰਹੇ ਨੇ ਮੈਂ ਵੀਡੀਓ ਵੇਖ ਕੇ ਅੰਦਾਜ਼ਾ ਲਾ ਰਿਹਾ ਸਕਾਂ ਜਾਂ ਤੁਸੀਂ ਵੀ ਜ਼ਰੂਰ ਅੰਦਾਜ਼ਾ ਲਾਇਓ ਜਿਹੜੇ ਸੱਜਣ ਸਾਹਮਣੇ ਆ ਕੇ ਸੋਫਿਆਂ ਦੇ ਉੱਪਰ ਬੈਠ ਗਏ ਨੇ ਕੀ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਉਹਨਾਂ ਗਰੰਥੀ ਸਿੰਘ ਨੇ ਔਰ ਗੁਰਬਾਣੀ ਦਾ ਕੀਰਤਨ ਗਾਇਨ ਕਰਨ ਵਾਲਿਆਂ ਨੇ ਉੱਥੇ ਆਹ ਉਪਦੇਸ਼ ਕੀਤੇ ਹੋਣ ਜਿਵੇਂ ਇੱਥੇ ਲਿਖਿਆ ਹੋਇਆ ਕਿ ਗੁਰਮਤ ਅਨੁਸਾਰ ਗ੍ਰਸਥ ਧਰਮ ਦੇ ਫਰਜ਼ਾਂ ਦਾ ਉਪਦੇਸ਼ ਕਰੇ ਜਾਂ ਉਹ ਕਰਨ ਪਰ ਉਹ ਜੇ ਉਪਦੇਸ਼ ਕੀਤੇ ਹੁੰਦੇ ਤਾਂ ਮੈਨੂੰ ਲੱਗਦਾ ਕਿ ਸਭ ਤੋਂ ਪਹਿਲੀ ਗੱਲ ਉਹ ਕਰਦੇ ਹੀ ਇਹ ਹੈ ਕਿ ਭਾਈ ਇੱਥੋਂ ਸੋਫਾ ਹਟਾ ਦਿਓ ਪਰ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਉਹਨਾਂ ਨੇ ਉੱਥੇ ਇਹ ਉਪਦੇਸ਼ ਕੀਤੇ ਹੋਣਗੇ ਗੁਰੂ ਮਹਾਰਾਜ ਜੀ ਦੇ ਜਾਂ ਨਹੀਂ ਉਸ ਤੋਂ ਅੱਗੇ ਹੈ ਪਹਿਲੇ ਦੋਹਾਂ ਨੂੰ ਸਾਂਝਾ ਉਪਦੇਸ਼ ਕਰੇ ਇਸ ਵਿੱਚ ਸੂਹੀ ਰਾਗ ਦੀਆਂ ਲਾਵਾਂ ਦੇ ਭਾਵ ਅਨੁਸਾਰ ਪਤੀ ਪਤਨੀ ਦੇ ਸਬੰਧ ਨੂੰ ਜੀਵ ਤੇ ਪਰਮਾਤਮਾ ਦੇ ਪਿਆਰ ਦੇ ਨਮੂਨੇ ਉੱਤੇ ਢਾਲਣ ਦੀ ਵਿਧੀ ਦੱਸੇ ਜਿਹੜੀਆਂ ਚਾਰ ਲਾਵਾਂ ਨੇ ਉਹ ਚਾਰ ਲਾਵਾਂ ਦਾ ਭਾਵ ਇੱਥੇ ਹੈਗਾ ਕਿ ਜਿਹੜੇ ਸ਼ਬਦ ਦੇ ਅਰਥ ਨੇ ਚਾਰ ਲਾਵਾਂ ਦੇ ਅਰਥ ਨੇ ਜਿਹੜੇ ਉਹ ਦ੍ਰਿੜ ਕਰਵਾਏ ਜਾਣ ਗ੍ਰਸਥ ਧਰਮ ਉਹਨਾਂ ਨੇ ਕਿਵੇਂ ਜੀਣਾ ਹੈਗਾ ਕਿਵੇਂ ਪਤੀ ਪਤਨੀ ਦੇ ਸਬੰਧ ਨੂੰ ਜੀਵ ਤੇ ਪ੍ਰਮਾਤਮਾ ਦੇ ਪਿਆਰ ਦੇ ਨਮੂਨੇ ਉੱਤੇ ਢਾਲਣਾ ਹੈਗਾ ਇਹ ਉਹਦੇ ਵਿੱਚੋਂ ਝਲਕ ਪੈਂਦੀ ਹੈਗੀ ਆ ਉਹਨਾਂ ਸ਼ਬਦਾਂ ਦੇ ਵਿੱਚੋਂ ਇਹ ਦ੍ਰਿੜ ਕਰਵਾਏ ਜਾਣ ਪਰ ਕਿੰਨੇ ਕੁ ਕਰਵਾਏ ਜਾਂਦੇ ਹੈਗੇ ਆ ਜਸ ਵੀਡੀਓ ਚ ਕਰਵਾਏ ਗਏ ਹੋਣਗੇ ਆਪਾਂ ਝਾਤ ਮਾਰ ਕੇ ਵੇਖ ਸਕਦੇ ਆ ਹੁਣ ਜਿਹੜੇ ਸੱਜਣ ਕਿੱਲੇ ਇਸ ਵੀਡੀਓ ਨੂੰ ਵੇਖ ਕੇ ਉਹਨਾਂ ਦੇ ਦੁਆਲੇ ਹੀ ਹੋਏ ਹੈਗੇ ਆ ਹੋਣਾ ਚਾਹੀਦਾ ਨਿੰਦਿਆ ਕਰਨੀ ਚਾਹੀਦੀ ਮੈਂ ਸ਼ੁਰੂ ਵਿੱਚ ਵੀ ਕੀਤੀ ਹੁਣ ਵੀ ਕਰਦਾ ਵਿਚਾਲੇ ਵੀ ਕਰਦਾ ਅਖੀਰ ਚ ਵੀ ਕਰੂੰਗਾ ਪਰ ਨਾਲ ਦੀ ਨਾਲ ਆਪਾਂ ਆਪਣੇ ਅੰਦਰ ਵੀ ਝਾਤ ਮਾਰ ਕੇ ਵੇਖੀਏ ਸਾਰੇ ਜਣੇ ਆਪਾਂ ਵੇਖੀਏ ਕਿ ਕੀ ਆਪਾਂ ਇਦਾਂ ਕਰਦੇ ਹਾਂ ਕਿ ਆਪਾਂ ਜਿਹੜੀਆਂ ਸਾਰੀਆਂ ਗੱਲਾਂ ਸਿੱਖ ਰਹਿਤ ਮੇਰੇ ਅਦਾਚ ਲਿਖੀਆਂ ਹੋਈਆਂ ਨੇ ਆਪਾਂ ਆਪ ਉਹਨਾਂ ਦੇ ਉੱਪਰ ਆਪ ਵੀ ਪੂਰੇ ਉਤਰਦੇ ਆ ਜਾਂ ਆਪਾਂ ਆਪ ਵੀ ਉਹਨਾਂ ਵਰਗੇ ਆ ਉਹਨਾਂ ਨੇ ਇੱਕ ਸਟੈਪ ਵੱਧ ਜਿਆਦਾ ਮਨਮਤ ਕਰ ਲਈ ਆਪਾਂ ਇੱਕ ਦੋ ਸਟੈਪ ਘਟ ਕਰਦੇ ਆ ਫਰਕ ਤੇ ਇੰਨਾ ਕੀ ਹੈ ਨਾ ਪਰ ਉਹਨਾਂ ਨੇ ਜਿਆਦਾ ਕੁਤਾਹੀ ਕਰਤੀ ਔਰ ਉਹਨਾਂ ਦੀ ਜਿਹੜੀ ਗਲਤੀ ਅੱਜ ਜਿਆਦਾ ਨਜ਼ਰ ਆ ਰਹੀ ਹੈ ਉਸ ਤੋਂ ਅੱਗੇ ਹੈਗਾ ਆਪਸ ਵਿੱਚ ਪ੍ਰੇਮ ਦੁਆਰਾ ਏਕ ਜੋਤ ਦੋਈ ਮੂਰਤੀ ਹੋਣਾ ਦੱਸੇ ਤੇ ਇੱਕ ਔਰ ਗ੍ਰਸਤ ਧਰਮ ਨਿਭਾਉਂਦੇ ਹੋਏ ਆਪਣੇ ਸਾਂਝੇ ਪਰਤਾ ਅਕਾਲ ਪੁਰਖ ਨਾਲ ਇੱਕ ਮਿਕ ਹੋਣਾ ਦਰੜਾਵੇ ਇਹ ਦਰੜਾਉਣਾ ਹੈਗਾ ਤਾਬਿਆ ਬੈਠੇ ਸਿੰਘ ਨੇ ਜਾਂ ਜਿਹੜਾ ਕੀਰਤਨ ਕਰਨ ਵਾਲੇ ਨੇ ਉਹ ਵੀ ਇਹ ਦ੍ਰਿੜ ਕਰਵਾ ਸਕਦੇ ਸੀਗੇ ਦੋਹਾਂ ਨੇ ਇਸ ਸੰਜੋਗ ਨੂੰ ਮਨੁੱਖਾ ਜਨਮ ਦੀ ਯਾਤਰਾ ਨੂੰ ਸਫਲਤਾ ਨਾਲ ਨਿਭਾਉਣ ਦਾ ਸਾਧਨ ਬਣਾਉਣਾ ਹੈ ਦੋਹਾਂ ਨੇ ਇਸ ਸੰਜੋਗ ਦੇ ਰਾਹੀਂ ਪਵਿੱਤਰ ਤੇ ਗੁਰਮੁਖੀ ਜੀਵਨ ਬਤਾਉਣਾ ਹੈ ਫਿਰ ਲੜਕੇ ਤੇ ਲੜਕੀ ਨੂੰ ਆਪੋ ਆਪਣੇ ਵੱਖੋ ਵੱਖਰੇ ਗ੍ਰਸਤ ਧਰਮ ਦੇ ਫਰਜ਼ ਦੱਸੇ ਜਾਣ ਲੜਕੇ ਤੇ ਲੜਕੀ ਨੂੰ ਦੋਨਾਂ ਦੇ ਭਈ ਲੜਕੇ ਦੇ ਕੀ ਗ੍ਰਸਤ ਦੇ ਧਰਮ ਹੈਗੇ ਨੇ ਫਰਜ਼ ਹੈਗੇ ਨੇ ਔਰ ਲੜਕੀ ਤੇ ਲੜਕੇ ਦੋਨਾਂ ਨੂੰ ਵੱਖ-ਵੱਖ ਜਿਹੜੇ ਹੈਗੇ ਆ ਉਹ ਦੱਸੇ ਜਾਣ ਵਰ ਨੂੰ ਦੱਸਿਆ ਜਾਵੇ ਕਿ ਲੜਕੀ ਵਾਲਿਆਂ ਨੇ ਤੁਹਾਨੂੰ ਹੀ ਸਭ ਤੋਂ ਵਧੇਰੇ ਯੋਗ ਜਾਣ ਕੇ ਵਰ ਚੁਣਿਆ ਹੈ ਆਪ ਨੇ ਆਪਣੀ ਪਤਨੀ ਨੂੰ ਅਰਧੰਗੀ ਜਾਣ ਕੇ ਸਾਰੀਆਂ ਅਵਸਥਾਾਂ ਵਿੱਚ ਇੱਕੋ ਜਿਹਾ ਪਿਆਰ ਕਰਨਾ ਹੈ ਤੇ ਵੰਡ ਛਕਣਾ ਹੈ ਇਸ ਦੇ ਸਰੀਰ ਤੇ ਇੱਜ਼ਤ ਦੇ ਰਾਖੇ ਤੁਸੀਂ ਹੋ ਇਸਤਰੀ ਬਰਤ ਧਰਮ ਦੇ ਵਿੱਚ ਪੱਕੇ ਰਹਿਣਾ ਇਸ ਦੇ ਮਾਤਾ ਪਿਤਾ ਤੇ ਸੰਬੰਧੀਆਂ ਨੂੰ ਆਪਣੇ ਮਾਤਾ ਪਿਤਾ ਤੇ ਸੰਬੰਧੀਆਂ ਤੁਲ ਆਦਰ ਦੇਣਾ ਕੰਨਿਆ ਨੂੰ ਦੱਸਿਆ ਜਾਵੇ ਕਿ ਆਪ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸੰਗਤ ਦੇ ਹਜ਼ੂਰ ਇਸ ਸੱਜਣ ਦੇ ਲੜ ਲਾਇਆ ਜਾਂਦਾ ਹੈ ਆਪ ਇਹਨਾਂ ਦੇ ਨਿਰਮਲ ਭਉ ਵਿੱਚ ਰਹਿੰਦੇ ਹੋਏ ਇਹਨਾਂ ਨੂੰ ਹੀ ਆਪਣੇ ਸਾਰੇ ਪ੍ਰੇਮ ਤੇ ਸ਼ਰਦਾ ਦਾ ਮਾਲਕ ਸਮਝਣਾ ਦੁੱਖ ਸੁੱਖ ਦੇਸ਼ ਪ੍ਰਦੇਸ਼ ਵਿੱਚ ਆਪਣੇ ਪਤੀ ਵਰਤ ਧਰਮ ਦੇ ਵਿੱਚ ਪੱਕੇ ਰਹਿਣਾ ਸੇਵਾ ਕਰਨੀ ਇਹਨਾਂ ਦੇ ਮਾਤਾ ਪਿਤਾ ਤੇ ਸੰਬੰਧੀਆਂ ਨੂੰ ਆਪਣੇ ਮਾਤਾ ਪਿਤਾ ਤੇ ਸੰਬੰਧੀਆਂ ਵਾਂਗ ਜਾਣਣਾ ਇਹ ਦ੍ਰਿੜ ਕਰਵਾਉਣਾ ਉਪਦੇਸ਼ ਦੀਆਂ ਗੱਲਾਂ ਪ੍ਰਵਾਨ ਕਰਦੇ ਹੋਏ ਵਰ ਤੇ ਕੰਨਿਆ ਦੋਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੱਥਾ ਟੇਕਣ ਜਦੋਂ ਉਪਦੇਸ਼ ਦ੍ਰਿੜ ਕਰਵਾਤਾ ਜਾਵੇ ਉਸ ਤੋਂ ਬਾਅਦ ਫਿਰ ਉਹ ਦੋਨੋਂ ਹੀ ਜਿਹੜੇ ਲਾੜਾ ਤੇ ਲਾੜੀ ਲੜਕਾ ਤੇ ਲੜਕੀ ਉਹ ਗੁਰੂ ਸਾਹਿਬ ਜੀ ਦੇ ਅੱਗੇ ਮੱਥਾ ਟੇਕਣ ਫਿਰ ਲੜਕੀ ਦਾ ਪਿਤਾ ਜਾਂ ਮੁਖੀ ਸੰਬੰਧੀ ਲੜਕੇ ਦਾ ਪੱਲਾ ਲੜਕੀ ਦੇ ਹੱਥ ਫੜਾਵੇ ਤੇ ਤਾਬਿਆ ਬੈਠਾ ਸੱਜਣ ਸੂਹੀ ਮਹਿਲਾ ਚੌਥਾ ਵਿੱਚ ਦਿੱਤੀਆਂ ਲਾਵਾਂ ਦਾ ਪਾਠ ਸੁਣਾਵੇ ਹਰੇਕ ਲਾਮ ਦਾ ਪਾਠ ਹੋਣ ਮਗਰੋਂ ਅੱਗੇ ਵਰ ਤੇ ਪਿੱਛੇ ਕੰਨਿਆ ਵਰ ਦਾ ਪੱਲਾ ਫੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਚਾਰ ਪ੍ਰਕਰਮਾ ਕਰਨ ਪ੍ਰਕਰਮਾ ਕਰਨ ਸਮੇ ਰਾਗੀ ਜਾਂ ਸੰਗਤ ਲਾਵਾਂ ਨੂੰ ਕ੍ਰਮ ਅਨੁਸਾਰ ਸੁਰ ਨਾਲ ਗਾਈ ਜਾਣ ਅਤੇ ਵਰ ਕੰਨਿਆ ਹਰ ਇੱਕ ਲਾਮ ਮਗਰੋਂ ਮਥਾ ਟੇਕ ਕੇ ਅਗਲੀ ਲਾਮ ਸੁਣਨ ਲਈ ਖੜੇ ਹੋ ਜਾਣ ਹੁਣ ਆਹ ਗੱਲ ਬੜੀ ਮਹੱਤਵਪੂਰਨ ਹੈ ਅਗਲੀ ਲਾਮ ਦਾ ਪਾਠ ਸੁਣਨ ਦੇ ਵਾਸਤੇ ਖੜੇ ਹੋ ਜਾਣ ਆਪਾਂ ਆਮ ਕਰਕੇ ਸਾਰੇ ਜਣੇ ਬੈੰਨੇ ਆ ਚਾਹੇ ਕੋਈ ਆ ਸੋਫੇ ਤੇ ਬਹਿ ਗਏ ਤੇ ਅਸੀਂ ਥੱਲੇ ਬਹਿ ਜੰਨੇ ਹੈਗੇ ਆ ਪਰ ਸਿੱਖ ਰਹਿਤ ਮਰਿਆਦਾ ਚ ਲਿਖਿਆ ਹੈਗਾ ਕਿ ਗੁਰੂ ਸਾਹਿਬ ਜੀ ਉਸ ਵੇਲੇ ਉਪਦੇਸ਼ ਦਿੰਦੇ ਨੇ ਤੇ ਲੜਕੇ ਤੇ ਲੜਕੀ ਨੇ ਉਹ ਜਿਹੜਾ ਉਪਦੇਸ਼ ਹੈਗਾ ਉਹਨੂੰ ਖੜੇ ਹੋ ਕੇ ਦਾ ਹੱਥ ਜੋੜ ਕੇ ਇਦਾਂ ਬੜੇ ਨਿਮਰਤਾ ਦੇ ਨਾਲ ਉਹਨੂੰ ਸਰਵਣ ਕਰਨਾ ਹੈਗਾ ਖੜੇ ਹੋ ਕੇ ਸਰਵਣ ਕਰਨਾ ਉਪਦੇਸ਼ ਖੜੇ ਹੋ ਕੇ ਸੁਣਨਾ ਸੋ ਇੱਥੇ ਲਿਖਿਆ ਹੈਗਾ ਕਿ ਅਗਲੀ ਲਾਮ ਦਾ ਪਾਠ ਸੁਣਨ ਲਈ ਖੜੇ ਹੋ ਜਾਣ ਪਰ ਆਪਾਂ ਬੈੰਨੇ ਆ ਔਰ ਇਹ ਜਿਹੜੇ ਹੈਗੇ ਨੇ ਆ ਜਿਹੜਾ ਜੋੜਾ ਹੈਗਾ ਇਹ ਤੇ ਸੋਫੇ ਤੇ ਹੀ ਬਹਿ ਗਿਆ ਖੈਰ ਉਸ ਤੋਂ ਅੱਗੇ ਉਪਰੰਤ ਮੱਥਾ ਟੇਕ ਕੇ ਆਪਣੀ ਥਾਂ ਤੇ ਬੈਠ ਜਾਣ ਜਦੋਂ ਸਾਰੀਆਂ ਚਾਰੋਂ ਲਾਮਾਂ ਕੰਪਲੀਟ ਹੋ ਜਾਣ ਉਸ ਤੋਂ ਬਾਅਦ ਮੱਥਾ ਟੇਕ ਕੇ ਅਗਲੀ ਲਾਮ ਸੁਣ ਉਪਰੰਤ ਮੱਥਾ ਟੇਕ ਕੇ ਆਪਣੀ ਥਾਂ ਤੇ ਬੈਠ ਜਾਣ ਤੇ ਰਾਗੀ ਸਿੰਘ ਜਾਂ ਆਨੰਦ ਕਰਾਉਣ ਵਾਲਾ ਆਨੰਦ ਸਾਹਿਬ ਦੀਆਂ ਪਹਿਲੀਆਂ 5 ਪੌੜੀਆਂ ਤੇ ਅੰਤਲੀ ਪੌੜੀ ਦਾ ਪਾਠ ਕਰੇ ਫਿਰ ਆਨੰਦ ਦੀ ਸਮਾਪਤੀ ਦਾ ਅਰਦਾਸਾ ਸੁਧਿਆ ਜਾਵੇ ਤੇ ਕੜਾਹ ਪ੍ਰਸ਼ਾਦ ਵਰਤਾਇਆ ਜਾਵੇ ਉਸ ਤੋਂ ਅੱਗੇ ਹੈਗਾ ਅਨਮਤ ਵਾਲਿਆਂ ਦਾ ਵਿਆਹ ਆਨੰਦ ਰੀਤੀ ਨਾਲ ਨਹੀਂ ਹੋ ਸਕਦਾ ਅਨਮਤ ਜਿਹੜੇ ਹੋਰ ਮਤਾਂ ਵਾਲੇ ਨੇ ਉਹਨਾਂ ਦਾ ਵਿਆਹ ਆਨੰਦ ਰੀਤੀ ਨਾਲ ਨਹੀਂ ਹੋ ਸਕਦਾ ਇਹ ਸਿਖ ਰਹਿਤ ਮੇਰਾ ਦਾ ਵਿੱਚ ਲਿਖਿਆ ਹੋਇਆ ਜੀ ਲੜਕੇ ਜਾਂ ਲੜਕੀ ਦਾ ਸੰਜੋਗ ਪੈਸਾ ਲੈ ਕੇ ਨਾ ਕਰੇ ਇਹ ਵੀ ਗੱਲ ਮਹੱਤਵਪੂਰਨ ਹੈ ਅੱਜ ਕੱਲ ਆਪਾਂ ਝਾਤ ਮਾਰ ਕੇ ਦੇਖ ਸਕਦੇ ਹਾਂ ਕਿ ਪੈਸੇ ਲੈ ਕੇ ਆਬਾਰ ਵਿਦੇਸ਼ਾਂ ਦੇ ਵਿੱਚ ਜਾਣਾ ਇੱਥੇ ਤੇ ਅੱਟਾ ਸੱਟਾ ਲੱਗਦਾ ਹੈਗਾ ਭੂਆ ਦੇ ਇਦਾਂ ਇੱਥੇ ਅਖਬਾਰਾਂ ਦੇ ਵਿੱਚ ਆਪਾਂ ਐਡ ਵੀ ਦਿੰਦੇ ਆ ਮੈਂ ਬਹੁਤ ਵਾਰੀ ਪੜਦਾ ਸੁਣਦਾ ਹੈਗਾ ਕਿ ਇਦਾਂ ਦਾ ਲੜਕਾ ਜਾਂ ਇਦਾਂ ਦੀ ਲੜਕੀ ਸੰਪਰਕ ਕਰੇ ਜਿਹੜੇ ਭੂਆ ਦੇ ਪੁੱਤ ਨੂੰ ਨਾਲ ਕੈਨੇਡਾ ਲਿਜਾ ਸਕੇ ਸੋ ਇਦਾਂ ਦਾ ਬਹੁਤ ਕੁਝ ਚੱਲਦਾ ਹੈਗਾ ਆਇਲਰਟ ਦਾ ਖਰਚਾ ਉਹ ਕਰੂੰਗਾ ਤੇ ਉਹ ਕਰੂੰਗਾ ਚਲੋ ਕੁਝ ਚੀਜ਼ਾਂ ਤੇ ਮੈਂ ਸਮਝਦਾ ਕਿ ਸਹਿਮਤੀ ਨਾਲ ਕੀਤੀਆਂ ਜਾ ਸਕਦੀਆਂ ਨੇ ਖਰਚੇ ਸਹਿਮਤੀ ਨਾਲ ਕੀਤੇ ਜਾ ਸਕਦੇ ਨੇ ਪਰ ਜਿਸ ਗੱਲ ਨੂੰ ਮੁੱਖ ਰੱਖ ਕੇ ਆ ਗੱਲ ਕਹੀ ਗਈ ਹੈਗੀ ਆ ਕਿ ਲੜਕੇ ਜਾਂ ਲੜਕੀ ਦਾ ਸੰਜੋਗ ਪੈਸਾ ਲੈ ਕੇ ਨਾ ਕਰੇ ਇਸ ਗੱਲ ਦਾ ਧਿਆਨ ਦੇਣਾ ਬੜਾ ਜ਼ਰੂਰੀ ਹੈ ਸਿੱਖ ਰਹਿਤ ਮੇਰੇ ਅੰਦਰ ਲਿਖਿਆ ਹੋਇਆ ਉਸ ਤੋਂ ਅੱਗੇ ਹੈ ਜੇ ਬਾਲਕੀ ਦੇ ਮਾਪੇ ਕਦਾਂਚ ਸਬਬ ਪਾਏ ਕ ਬਾਲਕੀ ਦੇ ਗ੍ਰਹਿ ਵਿਖੇ ਜਾਣ ਅਤੇ ਉੱਥੇ ਪ੍ਰਸ਼ਾਦ ਤਿਆਰ ਹੋਵੇ ਤਾਂ ਖਾਣ ਤੋਂ ਸੰਕੋਚਣਾ ਨਹੀਂ ਅਨ ਨਾ ਖਾਣਾ ਸਭ ਭਰਮ ਹੈ ਖਾਲਸੇ ਨੂੰ ਖਾਣਾ ਖਲਾਵਣਾ ਸ੍ਰੀ ਗੁਰੂ ਬਾਬੇ ਅਕਾਲਪੁਰਖ ਬਖਸ਼ਿਆ ਹੈ ਬੇਟੀ ਬੇਟੇ ਵਾਲੇ ਆਪਸ ਵਿੱਚ ਖਾਂਦੇ ਰਹਿਣ ਇਸੇ ਵਾਸਤੇ ਜੋ ਗੁਰੂ ਨੇ ਦੋਵੇਂ ਸਾਖ ਇੱਕ ਕੀਤੇ ਹਨ ਇਹ ਗੱਲ ਸਪੈਸ਼ਲ ਤੌਰ ਤੇ ਇਸ ਕਰਕੇ ਲਿਖੀ ਗਈ ਹੈ ਮੈਨੂੰ ਲੱਗਦਾ ਕਿਉਂਕਿ ਪੁਰਾਣੇ ਸਮਿਆਂ ਵਿੱਚ ਆਮ ਕਰਕੇ ਵਿਖਿਆ ਜਾਂਦਾ ਸੀਗਾ ਕਿ ਲੜਕੀ ਵਾਲੇ ਜਦੋਂ ਲੜਕੇ ਦੇ ਘਰ ਜਾਂਦੇ ਸੀਗੇ ਨਾ ਕਹਿੰਦੇ ਆਪਾਂ ਲੜਕੀ ਵਾਲਿਆਂ ਦਾ ਖਾਂਦਾ ਖਾਂਦੇ ਨਹੀਂ ਹੈਗੇ ਆਪਾਂ ਆਪਣੀ ਲੜਕੀ ਦੇ ਸਹੁਰਿਆਂ ਦੇ ਘਰ ਜਾ ਕੇ ਨਾ ਉਹਨਾਂ ਦਾ ਕੁਝ ਖਾਂਦੇ ਪੀਂਦੇ ਨਹੀਂ ਹੈਗੇ ਇਸ ਕਰਕੇ ਉਹ ਕੁਝ ਖਾਂਦੇ ਪੀਂਦੇ ਨਹੀਂ ਸੀਗੇ ਪਰ ਸਿੱਖ ਰਹਿ ਤਾ ਮੇਰੇ ਅਦਾ ਹਾਂ ਮੈਂ ਸਮਝਦਾ ਕਿ ਹਾਲਾਂਕਿ ਇਹ ਜਿਹੜੀ ਗਰਾਵਟ ਸੀਗੀ ਇਹ ਹੁਣ ਠੀਕ ਹੋ ਚੁੱਕੀ ਆ ਕੋਈ ਵਿਰਲਾ ਪਰਿਵਾਰ ਵੀ ਪਰਿਵਾਰ ਹੀ ਹੋਊਗਾ ਜਿਹੜਾ ਬਹੁਤ ਜ਼ਿਆਦਾ ਪਛੜਿਆ ਹੋਇਆ ਹੋਊਗਾ ਪਛੜੇ ਇਲਾਕੇ ਦੇ ਵਿੱਚ ਰਹਿੰਦਾ ਹੋਊਗਾ ਉੱਥੇ ਹੋ ਸਕਦਾ ਇਦਾਂ ਦੀ ਰੀਤ ਹੱਲੇ ਵੀ ਕੋਈ ਹੋਵੇ ਇਦਾਂ ਵੀ ਆਪਾਂ ਲੜਕੀ ਦੇ ਘਰ ਆਏ ਹੈਗੇ ਆ ਆਪਣੀ ਧੀ ਪਿਆਣ ਦੇ ਘਰੇ ਹੈਗੇ ਆ ਤੇ ਆਪਾਂ ਉਹਨਾਂ ਦਾ ਕੁਝ ਉਹਨਾਂ ਦੇ ਘਰੇ ਖਾਣਾ ਨਹੀਂ ਹੈਗਾ ਪਰ ਆਮ ਕਰਕੇ ਇਹ ਜਿਹੜੀ ਚੀਜ਼ ਸੀਗੀ ਮੈਨੂੰ ਲੱਗਦਾ ਕਿ ਕਾਫੀ ਹੱਦ ਤੱਕ ਇਹ ਠੀਕ ਹੋ ਚੁੱਕੀ ਹੈ ਉਸ ਤੋਂ ਅੱਗੇ ਹੈਗਾ ਜੀ ਜਿਸ ਇਸਤਰੀ ਦਾ ਭਰਤਾ ਕਾਲਵਸ ਹੋ ਜਾਵੇ ਉਹ ਚਾਹੇ ਤਾਂ ਜੋਗਵਰ ਦੇਖ ਕੇ ਪੁਨਰ ਸੰਜੋਗ ਕਰ ਲਵੇ ਸਿੱਖ ਦੀ ਇਸਤਰੀ ਮਰ ਜਾਵੇ ਤਾਂ ਉਹਦੇ ਲਈ ਵੀ ਇਹੋ ਹੁਕਮ ਹੈ ਇੱਥੇ ਭਾਵ ਇਹ ਹੈਗਾ ਕਿ ਸਿੱਖ ਰਹਿਤ ਮਰਿਆਦਾ ਦੇ ਵਿੱਚ ਲੜਕੇ ਤੇ ਲੜਕੀ ਨੂੰ ਇਸ ਗੱਲ ਦੀ ਆਗਿਆ ਹੈਗੇ ਆ ਕਿ ਜੇ ਕਿਸੇ ਵਜ੍ਹਾ ਕਰਕੇ ਕੋਈ ਚੜ੍ਹਾਈ ਕਰ ਜਾਵੇ ਨਾਲ ਦਾ ਆਪਣਾ ਸਾਥੀ ਤਾਂ ਉਹ ਦੁਬਾਰਾ ਆਨੰਦ ਕਾਰਜ ਕਰਵਾ ਸਕਦਾ ਹੈ ਚਾਹੇ ਲੜਕਾ ਹੋਵੇ ਤੇ ਚਾਹੇ ਲੜਕੀ ਹੋਵੇ ਉਸ ਤੋਂ ਅੱਗੇ ਹੈਗਾ ਪੁਨਰ ਵਿਆਹ ਦੀ ਵੀ ਇਹੋ ਰੀਤ ਹੈ ਜੋ ਆਨੰਦ ਲਈ ਉੱਤੇ ਦੱਸੀ ਗਈ ਹੈ ਸੋ ਜਿਹੜਾ ਜਦੋਂ ਦੁਬਾਰਾ ਆਨੰਦ ਕਾਰਜ ਹੋਣਾ ਹੈਗਾ ਤੇ ਉਹਦੇ ਲਈ ਕੋਈ ਰੀਤ ਵੱਖਰੀ ਨਹੀਂ ਹੈਗੀ ਇੱਥੇ ਲਿਖਿਆ ਹੋਇਆ ਸਿੱਖ ਰਹਿਤ ਮਰਿਆਦਾ ਦੇ ਵਿੱਚ ਕਿ ਜਿਵੇਂ ਪਹਿਲੀ ਵਾਰੀ ਆਨੰਦ ਕਾਰਜ ਹੁੰਦਾ ਹੈਗਾ ਜਿਵੇਂ ਪਹਿਲਾਂ ਮੈਂ ਦੱਸ ਕੇ ਹਟਿਆ ਜਿਵੇਂ ਸਿੱਖ ਰਹਿਤ ਮਰਿਆਦਾ ਚ ਲਿਖਿਆ ਹੋਇਆ ਉਹ ਦੁਬਾਰਾ ਜਦੋਂ ਆਨੰਦ ਕਾਰਜ ਜੇ ਕੋਈ ਕਰਾਵੇ ਜਾਂ ਕਿਸੇ ਦਾ ਹੋਵੇ ਕੋਈ ਦਾਮਾ ਸਬਬ ਬਣ ਜਾਵੇ ਤਾਂ ਉਹਦੇ ਲਈ ਵੀ ਆਨੰਦ ਕਾਰਜ ਦੀ ਮਰਿਆਦਾ ਉਹੀ ਹੈਗੀ ਆ ਸੇਮ ਹੀ ਹੈਗੀ ਆ ਸੋ ਉਸਤੇ ਅੱਗੇ ਹੈਗਾ ਆਮ ਹਾਲਾਤਾਂ ਵਿੱਚ ਸਿੱਖ ਨੂੰ ਇੱਕ ਇਸਤਰੀ ਦੇ ਹੁੰਦਿਆਂ ਦੂਜਾ ਵਿਆਹ ਨਹੀਂ ਕਰਨਾ ਚਾਹੀਏ। ਉਸ ਤੋਂ ਅਖੀਰ ਦੇ ਵਿੱਚ ਹੈਗਾ ਅਮਰਤ ਧਾਰੀ ਸਿੰਘ ਨੂੰ ਚਾਹੀਦਾ ਹੈ ਕਿ ਉਹ ਆਪਣੀ ਸਿੰਘਣੀ ਨੂੰ ਵੀ ਅਮਰਤ ਛਕਾ ਲਵੇ। ਹਾਂ ਕਿਤੇ ਇਹ ਨਾ ਹੋਵੇ ਕਿ ਸਿੰਘ ਤੇ ਹੋਵੇ ਅਮਰਤ ਧਾਰੀ ਪਰ ਬੀਬੀ ਉਹ ਮੱਥੇ ਤੇ ਟਿੱਕਾ ਵੀ ਲੱਗਾ ਹੋਵੇ ਤੇ ਹੋਰ ਹਾਰ ਸ਼ਿੰਗਾਰ ਕੰਨਛੇਦਕ ਤੇ ਨਕਸ਼ੇਦਕ ਗਹਿਣੇ ਪਾਏ ਹੋਣ ਉਹ ਅਮਰਤ ਧਾਰੀ ਨਾ ਹੋਵੇ ਸਿੱਖ ਰਹਿਤ ਮਰਿਆਦਾ ਚ ਲਿਖਿਆ ਹੈਗਾ ਕਿ ਜੇ ਜਿਹੜਾ ਸਿੰਘ ਹੈਗਾ ਜੇ ਉਹਦਾ ਗੈਰ ਅਮਰਤਾਰੀ ਸਿੰਘ ਲਈ ਅਨੰਦ ਕਾਰਜ ਹੋ ਗਿਆ ਹੈਗਾ ਤਾਂ ਉਹ ਉਹਨੂੰ ਅਮਰਤ ਚ ਕਾ ਲਵੇ ਵੈਸੇ ਤਾਂ ਆਪਾਂ ਸਮਝਦੇ ਹਾਂ ਕਿ ਸਿੱਖ ਤੇ ਸਿੱਖਣੀ ਦਾ ਅਨੰਦ ਕਾਰਜ ਹੀ ਹੋਵੇ ਜਿਵੇਂ ਸ਼ੁਰੂ ਵਿੱਚ ਲਿਖਿਆ ਸੀਗਾ ਪਹਿਲਾਂ ਤੋਂ ਹੀ ਦੋਨੇ ਅਮਰਤਾਰੀ ਹੋਣ ਤਾਂ ਕੀ ਬਾਤ ਹੈ ਸੋ ਜਿਹੜੀ ਨਾਲ ਦੀ ਦਰਸ਼ਕੋ ਵੀਡੀਓ ਚੱਲ ਰਹੀ ਹੈਗੀ ਆ ਪਹਿਲਾਂ ਮੈਂ ਸੋਚਿਆ ਸੀਗਾ ਕਿ ਸਿਰਫ ਮੈਂ ਵੀ ਇਹਦੀ ਨਿਖੇਦੀ ਕਰਾਂ ਤੇ ਆਪਣੇ ਜਿੰਨੇ ਵੀ ਦਰਸ਼ਕ ਹੈਗੇ ਨੇ ਜਾਣਨ ਵਾਲੇ ਸਾਨੂੰ ਸੁਣਨ ਵਾਲੇ ਉਹਨਾਂ ਨੂੰ ਮੈਂ ਦੱਸ ਦਿਆਂ ਕਿ ਅਸੀਂ ਵੀ ਪਾਈ ਇਹਦੀ ਨਿਖੇਦੀ ਕਰਦੇ ਆ ਫਿਰ ਮੈਂ ਸੋਚਿਆ ਕਿ ਨਹੀਂ ਨਿਖੇਦੀ ਤੋਂ ਇੱਕ ਸਟੈਪ ਹੋਰ ਅੱਗੇ ਜਾ ਕੇ ਆਨੰਦ ਕਾਰਜ ਦੀ ਜਿਹੜੀ ਮਰਿਆਦਾ ਹੈਗੀ ਆ ਆਨੰਦ ਸੰਸਕਾਰ ਸਿੱਖ ਰਹਿਤ ਮਰਿਆਦਾ ਦੇ ਵਿੱਚ ਕੀ ਲਿਖਿਆ ਹੈਗਾ ਉਹ ਵੀ ਆਪਾਂ ਨਾਲ ਦੀ ਨਾਲ ਆਪਣੇ ਦਰਸ਼ਕਾਂ ਨੂੰ ਜ਼ਰੂਰ ਦੱਸ ਦਈਏ ਆਸ ਕਰਦਾ ਹੈ ਕਿ ਤੁਹਾਨੂੰ ਸਾਡੀ ਗੱਲਬਾਤ ਜ਼ਰੂਰ ਪਸੰਦ ਆਈ ਹੋਊਗੀ ਅਖੀਰ ਦੇ ਵਿੱਚ ਜਾਂਦੇ ਜਾਂਦੇ ਮੈਂ ਵੀ ਇਸ ਘਟਨਾ ਦੀ ਨਿਖੇਧੀ ਕਰਦਾ ਹਾਂ ਆਸ ਕਰਦਾ ਕਿ ਉਹ ਖਾਲਸਾ ਪੰਥ ਦੇ ਸਾਹਮਣੇ ਆ ਕੇ ਪਰਿਵਾਰ ਜ਼ਰੂਰ ਇਸ ਗੱਲ ਦੀ ਮਾਫੀ ਮੰਗੂਗਾ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਪੇਸ਼ ਹੋ ਕੇ ਆਪਣੀ ਇਸ ਘਟਨਾ ਦੀ ਜਿਹੜੀ ਇਹ ਹਰਕਤ ਕੀਤੀ ਹੈ ਉਹਦੀ ਮਾਫੀ ਮੰਗਣਗੇ ਉਹਦੇ ਨਾਲ ਫਾਇਦਾ ਇਹ ਹੁੰਦਾ ਹੈਗਾ ਕਿ ਜੜੀਆਂ ਹੋਰ ਪਰਿਵਾਰ ਹੁੰਦੇ ਨੇ ਜਿਹੜੇ ਉਹਨਾਂ ਨੂੰ ਵੀ ਇੱਕ ਵਾਰ ਕੰਨ ਹੋ ਜਾਂਦੇ ਆ ਕਿ ਨੇ ਵੀ ਆਪਾਂ ਇਹ ਕੰਮ ਨਹੀਂ ਕਰਨਾ ਗੁਰੂ ਬਖਸ਼ਣਯੋਗ ਹੈ ਗੁਰੂ ਬਖਸ਼ ਲੈਂਦਾ ਹੈ ਆਸ ਕਰਦੇ ਆ ਕਿ ਜਿਹੜੀ ਇਹ ਸਿੱਖ ਰਹਿਤ ਮਰਿਆਦਾ ਦੇ ਵਿੱਚ ਅਨੰਦ ਸੰਸਕਾਰ ਦੀ ਵਿਧੀ ਦੱਸੀ ਗਈ ਹੈ ਜੋ ਮੈਂ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ ਆਪ ਜੀ ਨੂੰ ਜ਼ਰੂਰ ਚੰਗੀ ਲੱਗੀ ਹੋਊਗੀ ਔਰ ਜ਼ਰੂਰ ਆਪ ਜੀ ਸਾਰੇ ਪਰਿਵਾਰ ਇਸ ਚੀਜ਼ ਦਾ ਲਾਹਾ ਲਓਗੇ ਬਹੁਤ ਬਹੁਤ ਧੰਨਵਾਦ ਅਖੀਰ ਦੇ ਵਿੱਚ ਮੈਂ ਜਾਂਦਾ ਜਿੰਦੇ ਫੇਰ ਦੱਸ ਦਵਾਂ ਕਿ ਜਿਹੜੀ ਇਹ ਸਿੱਖ ਰਹਿਤ ਮਰਿਆਦਾ ਜਿਹੜੀ ਮੈਂ ਗੱਲ ਦੱਸ ਕੇ ਹਟਿਆ ਇਹ ਤੁਸੀਂ ਆਪਣੇ ਫੋਨ ਦੇ ਉੱਪਰ ਵੀ ਇੰਸਟਾਲ ਕਰ ਸਕਦੇ ਹੋ ਤੁਹਾਡੇ ਲੈਪਟਾਪ ਦੇ ਵਿੱਚ ਵੀ ਤੁਸੀਂ ਇੰਸਟਾਲ ਕਰ ਸਕਦੇ ਹੋ ਸਿੱਖ ਰਹਿਤ ਮਰਿਆਦਾ ਜਿਹੜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਲੋਂ ਛਾਪੀ ਗਈ ਹੈ ਤੁਸੀਂ ਉੱਥ ਪੜ ਸਕਦੇ ਹੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ